ਹੈਲੋ ਜੀ, ਵੈਲਕਮ ਬੈਕ ਟੂ ਦ ਚੈਨਲ ਰਮਨ ਵਲੋਗਸ। ਅਤੇ ਅੱਜ ਦੀ ਵੀਡੀਓ ਵਿੱਚ ਮੈਂ ਤੁਹਾਨੂੰ ਦਿਖਾਊਂਗਾ ਕਿ ਐਡਮਿੰਟਨ ਦੇ ਵਿੱਚ ਆਪਾਂ ਸ਼ੋਅ ਹੋਮਸ ਦੇਖਣ ਜਾਵਾਂਗੇ। ਸੋ ਮਤਲਬ ਕਿ ਐਡਮਿੰਟਨ ਦੇ ਵਿੱਚ ਮੈਂ ਤੁਹਾਨੂੰ ਦਿਖਾਊਂਗਾ ਕਿ ਘਰ ਕਿੱਦਾਂ ਦੇ ਹੁੰਦੇ ਨੇ, ਅਤੇ ਜੇ ਆਪਾਂ ਨਵਾਂ ਘਰ ਬਾਏ ਕਰਨਾ ਇੱਥੇ ਤਾਂ ਉਹਦਾ ਪ੍ਰਾਈਸ ਕਿੰਨਾ ਹੁੰਦਾ। ਅਤੇ ਆਪਾਂ ਦੇਖਣ ਜਾਵਾਂਗੇ ਜਿਹੜਾ ਸਿੰਗਲ ਫੈਮਿਲੀ ਗਰਾਜ ਹੁੰਦਾ, ਜਿਹੜਾ ਡਬਲ ਗਰਾਜ ਹੁੰਦਾ ਘਰ ਦੇ ਬਾਹਰ, ਉਹਦੇ ਦੋ ਗਰਾਜ ਹੁੰਦੇ ਨੇ, ਮਤਲਬ ਕਿ ਮੂਹਰੇ ਡਰਾਈਵ ਹੁੰਦਾ ਜਿਵੇਂ ਆਹ ਹੈਗਾ ਆ। ਸੋ ਆਪਾਂ ਇੱਦਾਂ ਦਾ ਤੁਹਾਨੂੰ ਘਰ ਦਿਖਾ ਕੇ ਲੈ ਕੇ ਆਊਂਗਾ ਵੀ ਇਹ ਕਿੱਦਾਂ ਦਾ ਹੁੰਦਾ, ਅਤੇ ਅੰਦਰੋਂ ਵੀ ਆਪਾਂ ਜਾਵਾਂਗੇ, ਅੰਦਰ ਦੇਖਣ ਵੀ ਜਾਵਾਂਗੇ, ਅਤੇ ਨਾਲੇ ਪ੍ਰਾਈਸ ਦਿਖਾਊਂਗਾ ਵੀ ਕਿੰਨਾ ਪ੍ਰਾਈਸ ਹੁੰਦਾ ਆ। ਅਤੇ ਜੇ ਤੁਸੀਂ ਮੇਰੀ ਪਹਿਲਾਂ ਵਾਲੀ ਵੀਡੀਓ ਦੇਖੀ ਆ, ਅਤੇ ਮੈਂ ਐਡਮਿੰਟਨ ਤੋਂ ਜਿਹੜੀ ਸਿਟੀ ਹੈਗੀ ਆ ਨਾਲ ਲੱਗਦੀ ਆ 10-15 ਕਿਲੋਮੀਟਰ ਦੂਰ, ਅਤੇ ਮੈਂ ਉਹਦੇ 'ਤੇ ਵੀਡੀਓ ਬਣਾਈ ਸੀਗੀ, ਬੋਮਾਊਂਟ ਸਿਟੀ ਸੀਗੀ ਉਹ, ਅਤੇ ਉਹਦੇ 'ਤੇ ਮੈਂ ਵੀਡੀਓ ਦਿਖਾਈ ਸੀ ਤੁਹਾਨੂੰ ਵੀ ਉੱਥੇ ਘਰ ਕਿੱਦਾਂ ਦੇ ਹੈਗੇ ਅਤੇ ਕਿੰਨਾ ਕੁ ਪ੍ਰਾਈਸ 'ਚ ਡਿਫਰੈਂਸ ਹੈਗਾ। ਸੋ ਆਪਾਂ ਨੂੰ ਅੱਜ ਮੇਜ ਪਤਾ ਲੱਗ ਜਾਣਾ ਆ ਕਿ ਉੱਥੇ ਅਤੇ ਇੱਥੇ ਦਾ ਕਿੰਨਾ ਕੁ ਡਿਫਰੈਂਸ ਹੈਗਾ ਪ੍ਰਾਈਸ ਦਾ। ਅਤੇ ਚਲੋ ਫਿਰ ਆਪਾਂ ਚੱਲਦੇ ਹਾਂ, ਅਤੇ ਆਪਾਂ ਵੀਡੀਓ ਸਟਾਰਟ ਕਰਦੇ ਹਾਂ, ਤੁਹਾਨੂੰ ਦਿਖਾ ਕੇ ਲੈ ਕੇ ਆਉਂਦਾ ਘਰ ਲੈ ਉੱਥੇ। ਹਾਂਜੀ, ਅਤੇ ਆਪਾਂ ਹੁਣ ਲੋਕੇਸ਼ਨ 'ਤੇ ਪਹੁੰਚ ਗਏ ਹਾਂ, ਅਤੇ ਜਿਹੜਾ ਮੇਰੇ ਤੁਸੀਂ ਪਿੱਛੇ ਦੇਖਦੇ ਪਏ ਹੋ ਸਾਰੇ ਇਹ ਸ਼ੋਅ ਹੋਮਸ ਹੈਗੇ ਨੇ। ਅਤੇ ਆਪਾਂ ਇਹਨਾਂ ਦੇ ਵਿੱਚ ਇੱਕ ਤਾਂ ਜਿਹੜਾ ਸ਼ੋਅ ਹੋਮ ਹੈਗਾ, ਮੈਂ ਜਿਹੜਾ ਪੇਸ ਸੈਟਰ ਦੇ ਵਿੱਚ ਜਾਊਂਗਾ, ਜਿਹੜਾ ਕਿ ਬਿਲਡਰ ਦਾ ਨਾਮ ਹੈਗਾ ਪੇਸ ਸੈਟਰ, ਅਤੇ ਆਪਾਂ ਉਹ ਵਾਲੇ ਬਿਲਡਰ ਦੇ ਸ਼ੋਅ ਹੋਮ ਦੇ ਵਿੱਚ ਅੰਦਰ ਜਾਵਾਂਗੇ, ਅਤੇ ਤੁਹਾਨੂੰ ਲੈ ਕੇ ਜਾਣਾ, ਤੁਹਾਨੂੰ ਦਿਖਾਉਣਾ ਵੀ ਕਿੱਦਾਂ ਦਾ ਹੈਗਾ। ਚਲੋ ਆ ਜਾਓ ਫਿਰ ਅੰਦਰ ਚੱਲਦੇ ਹਾਂ। ਅਤੇ ਜਿਹੜਾ ਉਹ ਤੁਹਾਨੂੰ ਦਿਖਦਾ ਪਿਆ ਮਿਡਲ ਵਾਲਾ ਜਿਹੜਾ ਹੈਗਾ ਵਾ, ਸੋਰੀ ਇਹ ਜੇਮਨ ਦਾ, ਅਤੇ ਆਪਾਂ ਆਹ ਵਾਲੇ ਦੇ ਵਿੱਚ ਜਾਵਾਂਗੇ, ਆਹ ਵਾਲਾ ਜਿਹੜਾ ਹੈਗਾ ਪੇਸ ਸੈਟਰ ਦਾ ਹੈਗਾ। ਅਤੇ ਚਲੋ ਫਿਰ ਲੈਟਸ ਗੋ। ਇੱਧਰੋਂ ਦੀ ਆਹ ਐਂਟਰੈਂਸ ਹੈਗੀ ਆ, ਅਤੇ ਆਹ ਵਾਸ਼ਰੂਮ ਹੈ। ਜਿਹੜੀ ਮੇਨ ਐਂਟਰੈਂਸ ਜਿਹੜੀ ਆ ਉਹ ਆਹ ਆ ਘਰ ਦੀ, ਸੋ ਆਪਾਂ ਇੱਥੋਂ ਦੀ ਅੰਦਰ ਆਉਣਾ ਹੁੰਦਾ ਵਾ। ਸੋ ਮੇਨ ਡੋਰ ਹੈਗਾ ਇਹ, ਸੋ ਉਹ ਗਰਾਜ ਦਾ ਡੋਰ ਸੀਗਾ। ਸੋ ਇਹ ਹੈਗੀ ਆ ਜੈਕਟਸ, ਤੁਸੀਂ ਇੱਥੇ ਹੈਂਗ ਕਰ ਸਕਦੇ ਹੋ ਆਪਣੀਆਂ। ਅਤੇ ਆਹ ਬੇਸਮੈਂਟ ਦੀ ਆ, ਇੱਧਰੋਂ ਦੀ ਆਹ ਬੇਸਮੈਂਟ ਦੀ ਆ। ਅਤੇ ਜਿਹੜਾ ਸੋ ਇਹ ਹੈਗੀ ਆ ਸਾਰੀ ਕਿਚਨ, ਉਹ ਪੀਜ਼ੇ ਪਏ ਹੋਏ ਖਾ ਲਓ। ਸੋ ਆਹ ਦੇਖੋ, ਆਹ ਸਾਰਾ ਕਿਚਨ ਦਾ ਏਰੀਆ ਹੈਗਾ। ਸੋ ਆਹ ਕਾਊਂਟਰ ਟੋਪ ਹੈਗੇ ਨੇ, ਅਤੇ ਓਕੇ। ਸੋ ਇਹ ਹੈਗੀ ਆ ਜੇ ਤੁਸੀਂ ਤੜਕਾ ਲਾਉਣਾ ਆ, ਤੜਕੇ ਲਾਉਣ ਵਾਸਤੇ ਬਣਾਈ ਹੋਈ ਆ ਇਹਨਾਂ ਨੇ ਕਿਚਨਾਂ ਵਾਲੀ। ਅਤੇ ਮਤਲਬ ਕਿ ਇਹ ਜਿਹੜਾ ਡੋਰ ਆ ਇਹ ਬੰਦ ਹੋ ਜਾਂਦਾ, ਇੱਦਾਂ ਵੀ ਡੋਰ ਬੰਦ ਕਰ ਲਓ ਆਪਣਾ, ਫਿਰ ਸਮੈਲ ਨਹੀਂ ਜਾਂਦੀ ਸਾਰੇ ਘਰ ਦੇ ਅੰਦਰ, ਅਤੇ ਇਹ ਵੀ ਸਪੇਸ ਹੈਗੀ ਆ। ਜਦੋਂ ਕਿਚਨ ਤੋਂ ਬਾਹਰ ਆਏ ਹਾਂ ਆਪਾਂ, ਸੋ ਆਹ ਸਾਰੀ ਕਿਚਨ ਹੈਗੀ ਆ। ਸੋ ਆਹ ਹੈਗਾ ਸਾਰੀ, ਇੱਥੇ ਇਹਨਾਂ ਨੇ ਕੈਬਨਟਸ ਬਣਾਈਆਂ ਹੋਈਆਂ ਨੇ। ਸੋ ਆਹ ਦੇਖ ਲਓ, ਸੋ ਥੱਲੇ ਵੀ ਇੱਦਾਂ ਸਟੋਰੇਜ ਆ ਜਾਂ ਖੁੱਲ੍ਹੇ ਡੁੱਲੇ ਆ ਨਾ ਇਹ। ਅਤੇ ਪਰ ਜਿਹੜਾ ਗੈਸ ਹੈਗੀ ਆ ਇਹ ਦੂਜਾ ਹੀ ਆ ਬਰਨਰ, ਨਾ ਜਿਹੜਾ ਗੈਸ ਵਾਲਾ ਨਹੀਂ ਹੈਗਾ, ਇਹ ਇਲੈਕਟ੍ਰਿਕ ਹੈ। ਅਤੇ ਬਾਕੀ ਉੱਪਰ ਵੀ ਸਾਰੀ ਸਟੋਰੇਜ ਹੈਗੀ ਆ,
ਆਹ ਵੀ ਸਟੋਰੇਜ ਆ, ਇਹਨਾਂ ਨੇ ਡੈਕੋਰੇਸ਼ਨ ਬਣਾਇਆ ਅਤੇ ਆਹ ਚੀਜ਼ ਨਵੀਂ ਲੱਗੀ ਮੈਨੂੰ ਇੱਥੇ, ਜਿਹੜਾ ਆਹ ਚਿਮਨੀ ਆ ਨਾ ਜਿਹੜੀ, ਸੋ ਇਹ ਇਹਨਾਂ ਨੇ ਇੱਦਾਂ ਦੀ ਲਗਾਈ ਹੈ, ਹੁਣ ਇੱਦਾਂ ਦੀ ਆਉਣ ਲੱਗ ਗਈ ਨਵੀਂ, ਅਤੇ ਆਹ ਕਿਉਂਕਿ ਕਵਰਡ ਆ ਉੱਪਰ ਇਹਨਾਂ ਨੇ ਕਵਰ ਕਰਤੀ ਚਿਮਨੀ, ਇੱਧਰ ਵੀ ਸਟੋਰੇਜ ਹੈ ਅਤੇ ਜਿਹੜਾ ਸਿੰਕ ਹੈਗਾ, ਸੋ ਇਹ ਹੈਗਾ ਸਿੰਕ, ਅਤੇ ਬਾਕੀ ਇੱਧਰ ਵੀ ਸਟੋਰੇਜ ਹੈਗੀ ਹੈ ਸਾਰੀ। ਇਹਨਾਂ ਨੇ ਸਟੋਰੇਜ ਜ਼ਿਆਦਾ ਬਣਾਈ ਹੈ ਇੱਥੇ ਇਸ ਘਰ ਦੇ ਵਿੱਚ। ਅਤੇ ਆਹ ਹੈਗਾ ਇੱਧਰ ਡਿਸ਼ ਵਾਸ਼ਰ, ਅਤੇ ਆਹ ਸਾਰਾ ਕਿਚਨ ਦੀ ਜਿਹੜੀ ਹੈਗੀ ਆ ਟੈਪ ਆ, ਅਤੇ ਆਹ ਡਿਸ਼ ਵਾਸ਼ਰ ਹੈ, ਅਤੇ ਬਾਕੀ ਇੱਧਰਲੀ ਅਤੇ ਹੋਰ ਸਟੋਰੇਜ ਦਿੱਤੀ ਹੋਈ ਆ, ਬਹੁਤ ਸਾਰੀ ਸਟੋਰੇਜ, ਇੱਧਰ ਵੀ ਸਟੋਰੇਜ, ਉਹ ਵੀ ਸਟੋਰੇਜ, ਅਤੇ ਬਾਕੀ ਲਾਈਟਿੰਗ ਦੇਖੋ ਕਿੰਨੀ ਸੋਹਣੀ ਲਾਈਟਿੰਗ ਆ, ਇੱਧਰ ਵੀ ਲਾਈਟਿੰਗ ਕਿੰਨੀ ਸੋਹਣੀ ਆ, ਅਤੇ ਥੱਲੇ ਵੀ ਸਟੋਰੇਜ ਹੈਗੀ ਆ ਉਹ ਥੱਲੇ ਉੱਧਰ, ਅਤੇ ਆਹ ਡਾਇਨਿੰਗ ਆਪਣਾ ਡਾਇਨਿੰਗ ਏਰੀਆ ਹੋ ਗਿਆ, ਇੱਦਾਂ ਦੀ ਤੁਸੀਂ ਡੈੱਕ ਹੈਗਾ, ਤੁਸੀਂ ਬਾਹਰ ਜਾਣਾ ਤੁਸੀਂ ਬਾਹਰ ਜਾ ਸਕਦੇ ਹੋ, ਕਿੰਨਾ ਵਧੀਆ। ਅਤੇ ਬਾਕੀ ਆਹ ਹੈਗਾ ਲਿਵਿੰਗ ਏਰੀਆ, ਅਤੇ ਲਿਵਿੰਗ ਏਰੀਆ ਦੇ ਵਿੱਚ ਤੁਹਾਡੇ ਕੋਲ ਇੰਨੀ ਸਪੇਸ ਹੈਗੀ ਆ, ਅਤੇ ਵਿੰਡੋ ਹੈਗੀ ਆ ਇੱਧਰ ਕਿੰਨੀ ਵਧੀਆ, ਅਤੇ ਇੱਧਰ ਟੀ ਵੀ ਲੱਗਿਆ, ਅਤੇ ਇਹਦੀ ਲਾਈਟਿੰਗ ਉਸ ਤੋਂ ਵੀ ਵਧੀਆ। ਅਤੇ ਬਾਕੀ ਇੱਕ ਆਹ ਸਪੇਸ ਹੈਗੀ ਆ ਬਾਹਰ ਬਣਾਇਆ ਹੋਇਆ ਛੋਟਾ ਜਿਹਾ, ਅਤੇ ਸਟੋਰੇਜ ਆ, ਅਤੇ ਨਾਲ ਬਾਰ ਵਾਲਾ ਉਹਨਾਂ ਨੇ। ਅਤੇ ਆਹ ਹੈਗੀਆਂ ਹੁਣ ਪੌੜੀਆਂ, ਉੱਪਰ ਚੱਲਦੇ ਹਾਂ ਆਪਾਂ, ਆਜੋ। ਸੋ ਇਹ ਜਾ ਰਹੇ ਹਾਂ ਹੁਣ ਆਪਾਂ ਉੱਪਰ, ਅਤੇ ਦੇਖੋ ਲਾਈਟਿੰਗ ਕਿੰਨੀ ਵਧੀਆ ਲਗਾਈ ਹੋਈ ਹੈ ਇਹਨਾਂ ਨੇ ਉੱਪਰ। ਅਤੇ ਜਦੋਂ ਆਪਾਂ ਇੱਧਰੋਂ ਦੀ ਉੱਪਰ ਗਏ ਹਾਂ, ਅਤੇ ਆਹ ਦੇਖੋ ਉੱਪਰ, ਅਤੇ ਆਪਾਂ ਸਭ ਤੋਂ ਪਹਿਲਾਂ ਪੌੜੀਆਂ ਦੇਖੋ, ਪੌੜੀਆਂ ਦਾ ਸਾਈਜ਼ ਕਿੰਨਾ ਜ਼ਿਆਦਾ ਖੁੱਲ੍ਹਾ ਵਾ, ਕਿਉਂਕਿ ਵੈਸੇ ਨੋਰਮਲੀ ਪੌੜੀ ਜਿਹੜੀ ਇੰਨੀ ਖੁੱਲ੍ਹੀ ਨਹੀਂ ਹੁੰਦੀ, ਇਹਦੇ ਵਿੱਚ ਵਧੀਆ ਤੁਸੀਂ ਸੋਫਾ ਵਗੈਰਾ ਆਪਣਾ ਕੁਛ ਵੀ ਲੈ ਕੇ ਆਉਣਾ ਉੱਪਰ, ਵਧੀਆ ਹੁੰਦਾ। ਅਤੇ ਆਹ ਹੈਗਾ ਲੈਫਟ ਸਾਈਡ 'ਤੇ ਚੱਲਦੇ ਹਾਂ ਆਪਾਂ ਹੁਣ, ਅਤੇ ਆਹ ਸਿੱਧਾ ਜਦੋਂ ਆਪਾਂ ਅੱਗੇ ਆਏ ਹਾਂ, ਸੋ ਇਹ ਹੈਗਾ ਵਾ ਸਾਰਾ ਮਤਲਬ ਕਿ ਮੇਨ ਬੈਡਰੂਮ, ਜਿਹਨੂੰ ਕਿ ਆਪਾਂ ਕਹਿੰਦੇ ਹਾਂ ਮਾਸਟਰ ਬੈਡਰੂਮ, ਅਤੇ ਬਹੁਤ ਜ਼ਿਆਦਾ ਸਪੇਸ਼ੀਅਸ ਆ, ਅਤੇ ਆਹ ਲਾਈਟ ਵੀ ਬੜੀ ਵਧੀਆ ਲੱਗੀ ਮੈਨੂੰ ਇੱਥੇ। ਅਤੇ ਨਾਲ ਜਿਹੜੀ ਇੱਧਰ ਵਿੰਡੋ ਸੀਗੀ, ਵਿੰਡੋ ਬਹੁਤ ਜ਼ਿਆਦਾ ਵਧੀਆ ਹੈ ਇਹਨਾਂ ਦੀ, ਦੇਖੋ ਕਿੰਨੀ ਵੱਡੀ ਵਿੰਡੋ ਆ, ਪੂਰੀ ਲਾਈਟਿੰਗ ਆਉਂਦੀ ਆ। ਅਤੇ ਇਹਦੇ ਬਿਲਕੁਲ ਸਾਹਮਣੇ ਹੀ ਆਹ ਹੈਗੀ ਆ ਵਾਸ਼ਰੂਮ ਦੀ ਐਂਟਰੈਂਸ, ਅਤੇ ਵਾਸ਼ਰੂਮ ਵੀ ਬਹੁਤ ਜ਼ਿਆਦਾ ਵਧੀਆ, ਅਤੇ ਇਹਦੇ ਵਿੱਚ ਇਹਨਾਂ ਨੇ ਵਿੰਡੋ ਵੀ ਲਾਈ ਹੋਈ ਆ, ਦੇਖੋ ਬਾਹਰ ਵਧੀਆ ਦਿਖਦਾ ਮਤਲਬ ਕਿ ਲਾਈਟਿੰਗ ਪੂਰੀ ਆ। ਅਤੇ ਆਹ ਇਹਨਾਂ ਨੇ ਸਟੈਂਡਿੰਗ ਸ਼ਾਵਰ ਲਗਾਇਆ ਹੋਇਆ, ਦੇਖੋ ਕਿੰਨਾ ਵਧੀਆ ਸ਼ਾਵਰ ਹੈਗਾ, ਅਤੇ ਬ੍ਰੈਂਡ ਨਿਊ ਘਰ ਆ। ਅਤੇ ਇਹਨਾਂ ਨੇ ਇੱਕ ਚੀਜ਼ ਹੋਰ ਆ ਵੀ, ਇਹਦੇ ਵਿੱਚ ਦੋ ਸਿੰਕ ਨੇ ਵੀ, ਦੋਨੇ ਪਾਸੇ ਸਿੰਕ ਆ, ਅਤੇ ਸਟੋਰੇਜ ਵੀ ਹੈਗੀ ਆ ਬੜੀ ਵਧੀਆ, ਥੱਲੇ ਸਟੋਰੇਜ ਇਹਨਾਂ ਨੇ, ਸਟੋਰੇਜ ਇਸ ਘਰ ਦੇ ਵਿੱਚ ਬਹੁਤ ਵਧੀਆ ਵਾ, ਅਤੇ ਦੋਨੇ ਪਾਸੇ ਸਿੰਕ ਲਗਾਏ ਹੋਏ ਨੇ। ਅਤੇ ਉਹ ਸਾਹਮਣੇ ਹੈਗੀ ਆ ਵਿੰਡੋ, ਅਤੇ ਇੱਧਰਲੀ ਸਾਈਡ 'ਤੇ ਆਹ ਹੈਗੀ ਆ, ਇਹਨਾਂ ਨੇ ਸੈਪਰੇਟ ਟੋਇਲਟ ਬਣਾਈ ਹੋਈ ਆ। ਅਤੇ ਉਸ ਤੋਂ ਅੱਗੇ ਹੈਗਾ, ਇਹ ਹੈਗੀ ਆ ਸਾਰੀ ਕਲੋਜ਼ਟ ਹੈਗੀ ਆ, ਪੂਰੀ ਵੱਡੀ ਕਲੋਜ਼ਟ ਆ, ਤੁਸੀਂ ਵਧੀਆ ਕੱਪੜੇ ਇੱਥੇ ਆਪਣੇ ਰੱਖ ਸਕਦੇ ਹੋ ਵਧੀਆ ਤਰੀਕੇ ਨਾਲ, ਬੜੀ ਖੁੱਲ੍ਹੀ ਡੁੱਲੀ ਆ, ਅਤੇ ਦੋਨੇ ਪਾਸੇ ਮਤਲਬ ਕਿ ਸਪੇਸ ਹੈਗੀ ਆ, ਕਾਫੀ ਜ਼ਿਆਦਾ ਸਪੇਸ ਹੈਗੀ ਆ। ਅਤੇ ਬਾਕੀ ਅੱਗੇ ਆਹ ਹੈਗਾ ਲੌਂਡਰੀ ਰੂਮ, ਸੋ ਨਾਲ ਹੀ ਆ, ਤੁਸੀਂ ਲੌਂਡਰੀ ਕੱਪੜੇ ਧੋ ਕੇ ਨਾਲ ਹੀ ਰੱਖ ਸਕਦੇ ਹੋ। ਅਤੇ ਆਹ ਦੇਖੋ ਇਹ ਹੈਗਾ ਸਾਰਾ ਲੌਂਡਰੀ ਰੂਮ, ਅਤੇ ਉੱਪਰ ਸ਼ੈਲਫ ਵਧੀਆ ਬਣੀ ਹੋਈ ਆ, ਉੱਪਰ ਸਟੋਰੇਜ ਕਿੰਨੀ ਵਧੀਆ ਵਾ, ਮਤਲਬ ਕਿ ਕਾਫੀ ਅਲੱਗ ਰੂਮ ਬਣਾਇਆ ਹੋਇਆ ਇਹਨਾਂ ਨੇ, ਸਟੈਕਡ ਲੌਂਡਰੀ ਨਹੀਂ ਹੈਗੀ। ਅਤੇ ਇਹਨਾਂ ਦੇ ਵਿੱਚ ਜਿਹੜੀ ਸਟੋਰੇਜ ਆ ਬਹੁਤ ਜ਼ਿਆਦਾ ਬਣੀ ਹੋਈ ਆ, ਹਰੇਕ ਜਗ੍ਹਾ 'ਤੇ ਮੈਨੂੰ ਸਟੋਰੇਜ ਬਹੁਤ ਜ਼ਿਆਦਾ ਲੱਗੀ। ਅਤੇ ਬਾਕੀ ਜਦੋਂ ਤੁਸੀਂ ਬੈਕ ਘੁੰਮਦੇ ਹੋ, ਆਹ ਦੇਖੋ ਇੱਥੇ ਵੀ ਸਟੋਰੇਜ ਕਿੰਨੀ ਆ। ਅਤੇ ਇੱਥੋਂ ਦੀ ਬਾਹਰ ਆ ਗਏ ਆਪਾਂ ਹੁਣ, ਅਤੇ ਇੱਧਰੋਂ ਆਪਾਂ ਦੇਖੋ ਉੱਪਰ ਆਏ ਸੀਗੇ, ਅਤੇ ਇੱਧਰੋਂ ਆਪਾਂ ਅੰਦਰ ਗਏ ਸੀਗੇ, ਅਤੇ ਇੱਧਰੋਂ ਦੀ ਬਾਹਰ ਆ ਗਏ, ਦੇਖੋ ਵੀ ਇਹਨਾਂ ਦੀ ਦੋ ਪਾਸੇ ਐਂਟਰੈਂਸ ਆ, ਅਤੇ ਆਪਾਂ ਇੱਥੇ ਘੁੰਮਦੇ ਹਾਂ, ਘੁੰਮ ਕੇ ਨਾਲ ਹੀ। ਸੋ ਆਹ ਹੈਗਾ ਵਾ ਇਹਨਾਂ ਦਾ ਬੋਨਸ ਰੂਮ, ਸੋ ਬੋਨਸ ਰੂਮ ਦੇ ਵਿੱਚ ਵੀ ਦੇਖੋ ਕਿੰਨੀ ਵਧੀਆ ਵਿੰਡੋ ਲਾਈ ਹੋਈ ਹੈ ਇਹਨਾਂ ਨੇ, ਪੂਰੀ ਵਧੀਆ ਉੱਥੋਂ ਦੀ ਤੁਹਾਨੂੰ ਉਹ ਦਿਖਦਾ ਮਤਲਬ ਕਿ ਬਾਹਰੋਂ ਦੀ, ਅਤੇ ਨਾਲੇ ਸਪੇਸ਼ੀਅਸ ਵੀ ਬਹੁਤ ਹੈ, ਅਤੇ ਉੱਪਰ ਲਾਈਟਿੰਗ ਦੇਖੋ ਕਿੰਨੀ ਵਧੀਆ ਲਾਈ ਹੋਈ ਹੈ, ਅਤੇ ਵਧੀਆ ਬਣਿਆ ਹੋਇਆ ਮਤਲਬ ਕਿ ਅਲੱਗ ਰੂਮ ਦੀ ਤਰ੍ਹਾਂ। ਅਤੇ ਇੱਧਰ ਨੂੰ ਆਏ ਜਦੋਂ ਆਪਾਂ, ਅਤੇ ਨਾਲ ਹੀ ਆਹ ਹੈਗਾ ਵਾਸ਼ਰੂਮ, ਅਤੇ ਇਹ ਵਾਸ਼ਰੂਮ ਵੀ ਫੁੱਲ ਵਾਸ਼ਰੂਮ ਹੈ, ਨਹਾਉਣ ਵਾਸਤੇ ਵੀ ਹੈ,
ਅਤੇ ਤੁਹਾਡਾ ਨਾਲ ਪੂਰਾ ਵਧੀਆ ਅਤੇ ਦੋ ਇੱਥੇ ਵੀ ਵਿੰਡੋ ਲਾਈ ਹੋਈ ਜਾਂਦੀ ਇਸ ਵਾਸ਼ਰੂਮ ਦੇ ਵਿੱਚ ਵੀ ਅਤੇ ਲਾਈਟਿੰਗ ਵੀ ਬਹੁਤ ਵਧੀਆ ਅਤੇ ਥੱਲੇ ਇਹਦੇ ਹੈਗੀ ਆ ਮੰਮੀ ਖੋਲ੍ਹਦੇ ਪਏ ਆ ਸਟੋਰੇਜ ਸੋ ਇਹ ਹੈਗੀ ਆ ਸਟੋਰੇਜ ਇਹਦੇ ਥੱਲੇ ਅਤੇ ਹੁਣ ਆਪਾਂ ਇੱਥੋਂ ਦੀ ਬਾਹਰ ਆਏ ਹਾਂ ਅਤੇ ਨਾਲ ਹੀ ਬੈਕ ਟੂ ਬੈਕ ਸੋਰੀ ਇੱਧਰ ਹੈਗਾ ਆ ਆਹ ਵੀ ਇੱਕ ਹੋਰ ਸਟੋਰੇਜ ਸੀਗੀ ਸੋ ਇਹ ਸਟੋਰੇਜ ਵੀ ਵਧੀਆ ਵਾ ਤੁਸੀਂ ਇੱਥੇ ਆਪਣੇ ਟੋਵਲ ਵਗੈਰਾ ਰੱਖ ਸਕਦੇ ਹੋ ਅਤੇ ਨਾਲ ਹੀ ਬੈਕ ਟੂ ਬੈਕ ਦੋਨੇ ਪਾਸੇ ਰੂਮ ਹੈਗੇ ਨੇ ਅਤੇ ਆਹ ਫਸਟ ਰੂਮ ਹੈਗਾ ਵਾ ਚਲੋ ਆਪਾਂ ਇੱਧਰ ਚੱਲਦੇ ਹਾਂ ਪਹਿਲਾਂ ਅੰਦਰ ਸੋ ਇਹ ਰੂਮ ਮੈਨੂੰ ਜਿਹੜਾ ਹੈਗਾ ਆ ਥੋੜ੍ਹਾ ਠੀਕ ਠਾਕ ਲੱਗਿਆ ਵੀ ਇੰਨਾ ਜ਼ਿਆਦਾ ਵੱਡਾ ਨਹੀਂ ਹੈਗਾ ਸੀਗਾ ਸਾਈਜ਼ ਵਾਈਜ਼ ਮੈਨੂੰ ਥੋੜ੍ਹਾ ਜਿਹਾ ਥੋੜ੍ਹਾ ਛੋਟਾ ਲੱਗਿਆ ਰੂਮ ਅਤੇ ਬਾਕੀ ਅੰਦਰ ਠੀਕ ਆ ਮਤਲਬ ਕਿ ਵਿੰਡੋਜ਼ ਹੈਗੀਆਂ ਨੇ ਅਤੇ ਉੱਧਰ ਇਹਨਾਂ ਨੇ ਕਲੋਜ਼ਟ ਬਣਾਈ ਹੋਈ ਆ ਕੱਪੜੇ ਵਗੈਰਾ ਰੱਖਣ ਵਾਸਤੇ ਅਤੇ ਨਾਲ ਸ਼ੀਸ਼ਾ ਲਾਇਆ ਹੁੰਦਾ ਇਹਨਾਂ ਨੇ ਹਰੇਕ ਕਲੋਜ਼ਟ ਦੇ ਨਾਲ ਇਹਦੇ ਉੱਪਰ ਜਿਹੜਾ ਡੋਰ ਹੈਗਾ ਉੱਥੇ ਸ਼ੀਸ਼ਾ ਲੱਗਿਆ ਅਤੇ ਨਾਲ ਦੇਖੋ ਉੱਪਰ ਲਾਈਟਿੰਗ ਦੇਖ ਲਓ ਅਤੇ ਚਲੋ ਹੁਣ ਆਪਾਂ ਚੱਲਦੇ ਹਾਂ ਦੂਜੇ ਰੂਮ ਦੇ ਵਿੱਚ ਸੋ ਆ ਹੈਗਾ ਸੈਕਿੰਡ ਰੂਮ ਸੋ ਇੱਧਰੋਂ ਆਪਾਂ ਆਏ ਹਾਂ ਸੋ ਇਹ ਵੀ ਰੂਮ ਮੈਨੂੰ ਸੇਮ ਸਾਈਜ਼ ਦਾ ਹੀ ਲੱਗਿਆ ਇੰਨਾ ਜ਼ਿਆਦਾ ਵੱਡਾ ਨਹੀਂ ਹੈਗਾ ਅਤੇ ਬਾਕੀ ਤੁਸੀਂ ਆਹ ਵਿੰਡੋਜ਼ ਵਗੈਰਾ ਹੈਗੀਆਂ ਨੇ ਅਤੇ ਇਹਦੇ ਪਿੱਛੇ ਵੀ ਇੱਧਰ ਇੱਕ ਆਹ ਕਲੋਜ਼ਟ ਹੈਗੀ ਹੈ ਅਤੇ ਆਹ ਦੇਖੋ ਆਹ ਵਿੰਡੋਜ਼ ਹੈਗੀਆਂ ਨੇ ਦੋਨੇ ਪਾਸੇ ਅਤੇ ਪਰ ਇੱਕ ਚੀਜ਼ ਇਹ ਹੈ ਕਿ ਜਿਹੜਾ ਸੈਂਟਰ ਵਿੱਚ ਇਹਨਾਂ ਨੇ ਆਹ ਲਗਾਤਾ ਨਾ ਇਹਦੀ ਥੋੜ੍ਹਾ ਇਹ ਵੀ ਵਿੰਡੋ ਹੋਣੀ ਚਾਹੀਦੀ ਸੀ ਵੀ ਤਾਂ ਕਿ ਪੂਰੀ ਜ਼ਿਆਦਾ ਲਾਈਟ ਹੋਰ ਆਉਂਦੀ ਬਸ ਇਹੀ ਚੀਜ਼ ਮੈਨੂੰ ਵਧੀਆ ਨਹੀਂ ਲੱਗੀ ਹੈਗੀ ਅਤੇ ਚਲੋ ਹੁਣ ਆਪਾਂ ਚੱਲਦੇ ਹਾਂ ਬੇਸਮੈਂਟ ਦੇ ਵਿੱਚ ਸੋ ਆਹ ਹੈਗੀ ਆ ਬੇਸਮੈਂਟ ਦੇ ਥੱਲੇ ਜਾ ਰਹੇ ਹਾਂ ਆਪਾਂ ਹੁਣ ਸੋ ਆਹ ਸੈਪਰੇਟ ਐਂਟਰੈਂਸ ਹੈਗੀ ਆ ਬੇਸਮੈਂਟ ਦੀ ਅਤੇ ਇਹਨਾਂ ਨੇ ਆਹ ਲਗਾਇਆ ਹੋਇਆ ਆ ਇੱਥੇ ਮੋਰਗੇਜ ਬਾਰੇ ਜੇ ਤੁਸੀਂ ਮੋਰਗੇਜ ਬਾਰੇ ਪਤਾ ਕਰਨਾ ਵਾ ਤੁਸੀਂ ਇਹਨੂੰ ਬਾਰਕੋਡ ਨੂੰ ਸਕੈਨ ਕਰ ਸਕਦੇ ਹੋ ਅਤੇ ਸਾਰਾ ਕੁਛ ਇਹਦੇ ਵਿੱਚ ਇਹਨਾਂ ਦੇ ਆ ਜਾਂਦਾ ਵਾ ਸੋ ਇਹ ਹੁਣ ਆਪਾਂ ਜਾ ਰਹੇ ਹਾਂ ਥੱਲੇ ਬੇਸਮੈਂਟ ਦੇਖਣ ਵਾਸਤੇ ਅਤੇ ਆਹ ਲਾਈਟਿੰਗ ਲੱਗੀ ਹੋਈ ਆ ਬੇਸਮੈਂਟ ਦੇ ਉਹਦੇ ਵਿੱਚ ਪੌੜੀਆਂ ਦੇ ਵਿੱਚ ਸੋ ਆਹ ਹੈਗਾ ਆ ਥੱਲੇ ਉੱਤਰ ਕੇ ਨਾਲ ਹੀ ਬੇਸਮੈਂਟ ਦਾ ਲਿਵਿੰਗ ਏਰੀਆ ਅਤੇ ਲਿਵਿੰਗ ਏਰੀਆ ਅਤੇ ਕਿਚਨ ਇਹਨਾਂ ਨੇ ਸੇਮ ਬਣਾਈ ਹੋਈ ਆ ਅਤੇ ਆਹ ਹੈਗੀ ਆ ਫਰਿੱਜ ਇਹਨਾਂ ਨੇ ਦੇਖੋ ਕਿੰਨੀ ਵਧੀਆ ਸਪੇਸ ਉੱਪਰ ਕਿੰਨੀ ਵਧੀਆ ਬਣਾਈ ਆ ਅਤੇ ਆਹ ਹੈਗਾ ਸਿੰਕ ਕਿੰਨਾ ਵਧੀਆ ਅਤੇ ਥੱਲੇ ਵੀ ਸਟੋਰੇਜ ਹੈਗੀ ਆ ਅਤੇ ਆਹ ਵੀ ਸਟੋਰੇਜ ਆ ਦੇਖੋ ਅਤੇ ਬਾਕੀ ਆਹ ਸਟੋਵ ਲਾਇਆ ਹੋਇਆ ਆ ਉੱਪਰ ਹੈਗਾ ਮਾਈਕ੍ਰੋਵੇਵ ਅਤੇ ਆਹ ਦੇਖੋ ਹੋਰ ਸਟੋਰੇਜ ਹੈਗੀ ਉਹਦੇ ਉੱਪਰ ਵੀ ਅਤੇ ਉਸ ਤੋਂ ਬਾਅਦ ਇਹਦੇ ਅੰਦਰ ਵੀ ਆਹ ਦੇਖੋ ਪੈਂਟਰੀ ਬਣਾਈ ਹੋਈ ਆ ਵੀ ਤੁਸੀਂ ਆਪਣੇ ਮਸਾਲੇ ਵਗੈਰਾ ਸਾਰੇ ਆਟਾ ਉੱਟਾ ਇੱਥੇ ਰੱਖ ਲੈਣਾ ਆ ਅਤੇ ਆਹ ਹੈਗਾ ਆ ਵਾਸ਼ਰੂਮ ਅਤੇ ਵਾਸ਼ਰੂਮ ਦੇ ਵਿੱਚ ਸਿੰਗਲ ਸਿੰਕ ਹੈ ਇੱਕੋ ਹੀ ਸਿੰਕ ਹੈਗਾ ਆ ਅਤੇ ਆਹ ਟੋਇਲਟ ਆ ਅਤੇ ਨਾਲ ਹੀ ਆਹ ਹੈਗਾ ਆ ਫੁੱਲ ਵਾਸ਼ਰੂਮ ਜਿਹੜਾ ਬਾਥਟਬ ਹੈਗਾ ਆ ਅਤੇ ਇਹਦੇ ਨੀਚੇ ਵੀ ਦੇਖੋ ਇਹਦੇ ਵਿੱਚ ਵੀ ਸਟੋਰੇਜ ਹੈਗੀ ਹੈ ਅਤੇ ਵਧੀਆ ਆ ਅਤੇ ਉਸ ਤੋਂ ਬਾਅਦ ਜਦੋਂ ਬਾਹਰ ਆਏ ਹਾਂ ਅਤੇ ਇੱਧਰਲੀ ਸਾਈਡ ਆ ਹੈਗਾ ਸਾਰਾ ਲਿਵਿੰਗ ਏਰੀਆ ਟੀ ਵੀ ਵਾਲਾ ਏਰੀਆ ਤੁਸੀਂ ਬਹਿ ਕੇ ਇੱਥੇ ਨਾਲ ਹੀ ਟੀ ਵੀ ਦੇਖੋ ਬਸ ਇਹਦੇ ਵਿੱਚ ਇਹ ਹੈ ਕਿ ਇੱਥੇ ਕੋਈ ਵੀ ਵਿੰਡੋ ਨਹੀਂ ਹੈਗੀ ਇਸ ਵਿੱਚ ਪਰ ਏਅਰ ਕੰਡੀਸ਼ਨ ਜ਼ਰੂਰ ਲਾਇਆ ਹੋਇਆ ਸੀਗਾ ਅਤੇ ਲਿਵਿੰਗ ਏਰੀਆ 'ਚ ਕੋਈ ਵਿੰਡੋ ਨਹੀਂ ਹੈਗੀ ਅਤੇ ਆਹ ਜਿਹੜਾ ਹੈਗਾ ਆ ਇਹ ਹੈਗਾ ਆ ਫਰਨੈਸ ਵਾਲਾ ਏਰੀਆ ਅਤੇ ਇਹਨਾਂ ਨੇ ਇਹ ਸੈਪਰੇਟ ਬਣਾਤਾ ਡੋਰ ਲਾ ਕੇ ਵੀ ਇਹਦੇ ਅੰਦਰ ਸਾਰੀਆਂ ਉਹ ਜਿਹੜੀਆਂ ਹੁੰਦੀਆਂ ਜਿਵੇਂ ਜਿਹਦੇ ਵਿੱਚ ਵੈਂਟੀਲੇਸ਼ਨ ਵਗੈਰਾ ਆਪਣਾ ਸਿਸਟਮ ਸਾਰਾ ਪਾਣੀ ਪੂਣੀ ਵਾਲਾ ਸੋ ਸਾਰਾ ਇਹਨਾਂ ਨੇ ਇਲੈਕਟ੍ਰਿਕ ਸਿਸਟਮ ਸਾਰਾ ਇਹਦੇ ਅੰਦਰ ਇਹਨਾਂ ਨੇ ਅਲੱਗ ਡੋਰ ਲਾ ਕੇ ਬੰਦ ਕਰਤਾ ਅਤੇ ਆਹ ਹੈਗੀ ਆ ਲੌਂਡਰੀ ਅਤੇ ਲੌਂਡਰੀ ਇਹਨਾਂ ਨੇ ਸਟੈਕਡ ਬਣਾਈ ਹੋਈ ਆ ਦੇਖੋ ਅਤੇ ਥੱਲੇ ਵਾਲਾ ਹੁੰਦਾ ਵਾਸ਼ਰ ਅਤੇ ਉੱਪਰ ਵਾਲਾ ਹੁੰਦਾ ਡਰਾਇਰ ਜਿਹੜਾ ਸਾਰਾ ਇਹ ਲਿਵਿੰਗ ਏਰੀਆ ਦੇਖ ਲਓ ਇੰਨਾ ਕੀ ਹੈਗਾ ਅਤੇ ਦੋ ਰੂਮ ਹੈਗੇ ਨੇ ਅਤੇ ਆਪਾਂ ਰਾਈਟ ਵਾਲੇ ਰੂਮ 'ਚ ਚੱਲਦੇ ਹਾਂ ਪਹਿਲਾਂ ਸੋ ਜਿਹੜਾ ਇਹ ਰੂਮ ਹੈਗਾ ਸੋ ਇਹ ਮੈਨੂੰ ਆਫਿਸ ਰੂਮ ਵਾਂਗੂ ਹੀ ਲੱਗਦਾ ਪਰ ਇਹਦੇ ਵਿੱਚ ਵਿੰਡੋ ਹੈਗੀ ਹੈ ਇਹ ਚੀਜ਼ ਵਧੀਆ ਲੱਗੀ ਮੈਨੂੰ ਅਤੇ ਬਾਕੀ ਦੇਖ ਲਓ ਕਿੰਨਾ ਕੁ ਸਾਈਜ਼ ਹੈਗਾ ਅਤੇ ਆਫਿਸ ਰੂਮ ਵੀ ਬਣਾਇਆ ਹੋਇਆ ਇਹਨਾਂ ਨੇ ਅਤੇ ਦੂਜੇ ਰੂਮ 'ਚ ਚੱਲਦੇ ਹਾਂ ਹੁਣ ਆਪਾਂ ਅਤੇ ਆਹ ਹੈਗਾ ਸੈਕਿੰਡ ਰੂਮ ਅਤੇ ਆਹ ਦੇਖੋ ਇਹ ਇਹਨਾਂ ਨੇ ਬੈੱਡਰੂਮ ਬਣਾਇਆ ਹੋਇਆ ਸੋ ਇਹ ਹੈਗਾ ਬੈੱਡਰੂਮ ਅਤੇ ਇਹਦੇ ਵਿੱਚ ਵੀ ਵਧੀਆ ਇਹਨਾਂ ਨੇ ਵਿੰਡੋ ਲਾਈ ਹੋਈ ਹੈ ਅਤੇ ਇਹਦੇ ਨਾਲ ਇੱਕ ਕਲੋਜ਼ਟ ਵੀ ਹੈਗੀ ਆ ਇਸ ਰੂਮ ਦੇ ਵਿੱਚ ਉੱਧਰਲੇ ਰੂਮ 'ਚ ਕਲੋਜ਼ਟ ਨਹੀਂ ਸੀਗੀ ਸੋ ਆਹ ਦੇਖੋ ਇਹਦੇ ਵਿੱਚ ਕਲੋਜ਼ਟ ਹੈਗੀ ਆ ਅਤੇ ਇਹਦੇ ਦੇਖੋ ਇਹਦੇ ਵਿੱਚ ਵੀ ਸ਼ੀਸ਼ਾ ਲੱਗਿਆ ਹੋਇਆ ਜਿਹੜਾ ਕਲੋਜ਼ਟ ਦਾ ਡੋਰ ਹੈਗਾ
ਆਲਰੇਡੀ ਸ਼ੀਸ਼ਾ ਪਹਿਲਾਂ ਲੱਗਿਆ ਹੋਇਆ ਵੀ ਬੰਦੇ ਨੂੰ ਅਲੱਗ ਸ਼ੀਸ਼ਾ ਲਾਉਣ ਦੀ ਲੋੜ ਨਹੀਂ ਅਤੇ ਵਧੀਆ ਬਣਿਆ ਹੋਇਆ ਰੂਮ ਸਪੇਸ ਠੀਕ ਹੈਗੀ ਹੈ। ਹਾਂਜੀ ਅਤੇ ਜਿਹੜਾ ਇਹ ਘਰ ਸੀਗਾ ਜਿਹੜਾ ਆਪਾਂ ਹੁਣੇ ਦੇਖ ਕੇ ਆਏ ਹਾਂ, ਸੋ ਇਹ ਘਰ ਜਿਹੜਾ ਸਾਈਜ਼ ਹੈਗਾ ਉਹ ਹੈਗਾ ਸੀਗਾ 1866। ਸੋ 1866 ਸਕੇਅਰ ਫੀਟ ਇਸ ਘਰ ਦਾ ਸਾਈਜ਼ ਹੈ ਅਤੇ 24 ਪੋਕਿਟ ਸੀਗੀ ਇਹਦੀ, ਜਿਹੜੀ ਮਤਲਬ ਕਿ ਚੌੜਾ ਜਿਹੜਾ ਹੁੰਦਾ ਆ ਉਹ 24 ਫੁੱਟ ਚੌੜਾ ਸੀਗਾ। ਅਤੇ ਜਿਹੜਾ ਇਸ ਘਰ ਦਾ ਜਿਹੜਾ ਨਾਮ ਹੈਗਾ ਉਹਨਾਂ ਨੇ ਰੱਖਿਆ ਸੀਗਾ, ਜਿਹੜਾ ਮਾਡਲ ਦਾ ਨਾਮ ਹੈਗਾ ਦਾ ਵਿਸਲਰ। ਅਤੇ ਤੁਸੀਂ ਜੇ ਚੈੱਕਆਊਟ ਕਰਨਾ ਇਹਨਾਂ ਦੀ ਵੈਬਸਾਈਟ ਦੇ ਉੱਪਰ ਜਾ ਕੇ ਚੈੱਕਆਊਟ ਕਰ ਸਕਦੇ ਹੋ। ਸੋ ਇਹਨਾਂ ਨੇ ਵੈਬਸਾਈਟ ਵੀ ਮੈਂਸ਼ਨ ਕੀਤੀ ਹੋਈ ਹੈ ਅਤੇ ਉਹਦੇ ਵਿੱਚ ਸਾਰਾ ਕੁਛ ਉਹਨਾਂ ਨੇ ਦੱਸਿਆ ਹੋਇਆ ਵੀ ਕਿਹੜਾ ਕਿਹੜਾ ਘਰ ਜਿਹੜਾ ਹੈਗਾ ਕਿੰਨੇ ਕਿੰਨੇ ਪ੍ਰਾਈਸ ਦਾ ਹੈਗਾ ਆ ਅਤੇ ਸਾਰੇ ਮਾਡਲਸ ਦਿਖਾਏ ਹੋਏ ਨੇ। ਸੋ ਇਹ ਬਿਲਡਰ ਐਡਮਿੰਟਨ ਦੇ ਵਿੱਚ ਹੈਗਾ, ਤੁਸੀਂ ਜੇ ਤੁਸੀਂ ਘਰ ਐਡਮਿੰਟਨ ਦੇ ਵਿੱਚ ਦੇਖਣਾ ਸ਼ੁਰੂ ਕਰ ਰਹੇ ਹੋ ਜਾਂ ਤੁਸੀਂ ਮੂਵ ਹੋਏ ਹੋ, ਤੁਸੀਂ ਦੇਖਣਾ ਵੀ ਇੱਥੇ ਘਰ ਕਿੱਦਾਂ ਦਾ ਹੈਗਾ ਆ ਜਾਂ ਤੁਸੀਂ ਕਿੰਨੇ ਪ੍ਰਾਈਸ ਦਾ ਲੈਣਾ ਜਾਂ ਰੇਂਜ ਦੇਖ ਸਕਦੇ ਹੋ ਵੀ ਕਿਹੜੇ ਕਿਹੜੇ ਘਰ ਦੇ ਮਾਡਲ ਹੁੰਦੇ ਨੇ ਇੱਥੇ, ਤੁਸੀਂ ਜ਼ਰੂਰ ਚੈੱਕਆਊਟ ਕਰ ਸਕਦੇ ਹੋ। ਅਤੇ ਬਾਕੀ ਜਿਹੜੇ ਹੋਰ ਮਾਡਲਸ ਵੀ ਮੈਨੂੰ ਉਹਨਾਂ ਨੇ ਦਿਖਾਏ ਸੀਗੇ ਤੁਸੀਂ ਉਹ ਵੀ ਦੇਖ ਸਕਦੇ ਹੋ, ਮੈਂ ਤੁਹਾਨੂੰ ਨਾਲ ਉਹਨਾਂ ਨੇ ਮੈਨੂੰ ਇੱਕ ਪੇਪਰ ਦਿੱਤਾ ਸੀਗਾ। ਸੋ ਜਿਹੜਾ ਸ਼ੋਅ ਹੋਮ ਇਹਨਾਂ ਨੇ ਮੈਨੂੰ ਦਿਖਾਇਆ ਸੀਗਾ ਅਤੇ ਉਹ ਕਹਿੰਦੇ ਵੀ ਹੋਰ ਸ਼ੋਅ ਹੋਮਸ ਵੀ ਇੱਥੇ ਹੈਗੇ ਨੇ ਸਾਡੇ, ਜਿਵੇਂ ਆਹ ਇਹਨਾਂ ਨੇ ਦਿੱਤਾ ਸੀ ਪੇਪਰ ਦਿੱਤਾ ਆ। ਸੋ ਇੱਕ ਹੋਰ ਮਾਡਲ ਹੈਗਾ ਕਲਿਪਸੋ, ਸੋ ਜਿਹੜਾ ਕਿ ਜੇ ਤੁਸੀਂ ਕਹਿੰਦੇ ਇੱਥੇ ਬਣਾਉਣਾ ਵਾ ਇਸ ਏਰੀਆ ਦੇ ਵਿੱਚ ਤਾਂ ਤੁਹਾਨੂੰ 589,000 ਦਾ ਮਿਲੂਗਾ। ਸੋ ਇਸ ਏਰੀਆ ਦੇ ਵਿੱਚ, ਸੋ ਆਹ ਏਰੀਆ ਦਾ ਨਾਮ ਹੈਗਾ। ਜੇ ਤੁਸੀਂ ਸ਼ੋਅ ਹੋਮ ਦੇਖਣਾ ਵੀ ਇਹ ਵਾਲਾ ਮਾਡਲ ਕਿੱਦਾਂ ਦਾ ਹੈਗਾ ਕਲਿਪਸੋ, ਸੋ ਆਹ ਮੈਪ ਹੈਗਾ ਸਾਰਾ ਇਹਦਾ ਦਿੱਤਾ ਹੋਇਆ। ਸੋ ਇਹ ਸ਼ੋਅ ਹੋਮ ਦਾ ਐਡਰੈਸ ਹੈਗਾ, ਸੋ 8333224 ਸਟਰੀਟ। ਸੋ ਇਹ ਸ਼ੋਅ ਹੋਮ ਹੈਗਾ ਇਸ ਮਾਡਲ ਦਾ, ਤੁਸੀਂ ਜਾ ਕੇ ਚੈੱਕਆਊਟ ਕਰ ਸਕਦੇ ਹੋ। ਅਤੇ ਜਿਹੜਾ ਇਹ ਬਿਲਡਰ ਹੈਗਾ ਇਹਦੀ ਵੈਬਸਾਈਟ ਦੇ ਉੱਪਰ ਵੀ ਇਹ ਸਾਰਾ ਦਿੱਤਾ ਹੋਇਆ ਇਹਨਾਂ ਨੇ, yourpaysett.com। ਸੋ ਤੁਸੀਂ ਇਹਦੇ ਉੱਪਰ ਜਾ ਕੇ ਵੀ ਚੈੱਕਆਊਟ ਕਰ ਸਕਦੇ ਹੋ ਇਹਨਾਂ ਦੇ ਹੋਰ ਕਿਹੜੇ ਕਿਹੜੇ ਫਲੋਰ ਪਲੈਨਸ ਹੈਗੇ ਨੇ। ਅਤੇ ਮੈਨੂੰ ਇਹਨਾਂ ਨੇ ਇੱਕ ਹੋਰ ਦਿੱਤਾ ਫਲੋਰ ਪਲੈਨ, ਸੋ ਆਹ ਦੇਖੋ। ਸੋ ਆਹ ਬਿਲਡਰ ਦਾ ਜਿਹੜੀ ਮੈਨੂੰ ਮੈਨੇਜਰ ਸੀ ਉਹਨਾਂ ਦੀ ਏਰੀਆ ਮੈਨੇਜਰ, ਸੋ ਉਹਦਾ ਕਾਰਡ ਹੈਗਾ, ਤੁਸੀਂ ਇਹਨੂੰ ਵੀ ਕੰਟੈਕਟ ਕਰ ਸਕਦੇ ਹੋ। ਅਤੇ ਜਿਹੜਾ ਆਹ ਵਾਲਾ ਮਾਡਲ ਹੈਗਾ ਆ, ਸੋ ਇਹਦਾ ਨਾਮ ਹੈਗਾ ਸੈਕਟਰੀਏਟ। ਸੋ ਤੁਸੀਂ ਇਹ ਜਿਹੜਾ ਵੱਡਾ ਘਰ ਹੈਗਾ ਪਰ ਇਹਦਾ ਵੀ ਇਹਨੇ ਮੈਨੂੰ ਸ਼ੋਅ ਹੋਮ ਦਾ ਦੱਸਿਆ ਵਾ, ਸੋ ਆਹ ਸ਼ੋਅ ਹੋਮ ਦਾ ਐਡਰੈਸ ਹੈਗਾ, ਸੋ 214 ਸੈਡਮ ਵੇ, ਪਰ ਇਹ ਸ਼ੇਰਵੁੱਡ ਪਾਰਕ ਦੇ ਵਿੱਚ ਆ, ਐਡਮਿੰਟਨ ਦੇ ਵਿੱਚ ਸ਼ੋਅ ਹੋਮ ਇਹ ਨਹੀਂ ਹੈਗਾ। ਸੋ ਜਿਹੜਾ ਇਹਦਾ ਪ੍ਰਾਈਸ ਹੈਗਾ ਵਾ 729,000 ਵਾਕਆਊਟ ਲੋਟ ਹੈਗੀ ਆ, ਮਤਲਬ ਕਿ ਇਹਦੇ ਪਿੱਛੇ ਤੁਸੀਂ ਬਾਹਰ ਨਿਕਲ ਸਕਦੇ ਹੋ ਇਹਦੇ ਵਿੱਚੋਂ ਦੀ ਪਿੱਛੇ, ਮਤਲਬ ਕਿ ਬਹੁਤ ਵਧੀਆ ਕਮਿਊਨਿਟੀ ਗਾਰਡਨ ਆ ਕਹਿੰਦੀ। ਅਤੇ ਆਹ ਇਹਦਾ ਸਾਰਾ ਮੈਪ ਹੈਗਾ। ਅਤੇ ਜੇ ਤੁਸੀਂ ਕਹਿੰਦੇ ਇਹਦਾ ਜਿਹੜਾ ਸ਼ੋਅ ਹੋਮ ਜਿਹੜੀਆਂ ਅਪਗ੍ਰੇਡਸ ਪਾ ਕੇ ਲੈਣਾ ਵਾ, ਅਤੇ ਇਹ ਤੁਹਾਨੂੰ 800,000 ਦਾ ਮਿਲੂਗਾ ਇਹ ਜਿਹੜਾ ਸ਼ੋਅ ਹੋਮ, ਜਿਹੜਾ ਤੁਹਾਨੂੰ ਆਹ ਵਾਲਾ ਮਾਡਲ ਦੱਸਿਆ ਹੋਇਆ। ਸੋ ਇਹ ਅਪਗ੍ਰੇਡ ਪਾ ਕੇ 800,000 ਦਾ, ਪਰ ਜੇ ਤੁਸੀਂ ਅਪਗ੍ਰੇਡਸ ਨਹੀਂ ਪਵਾਉਣੀਆਂ ਤਾਂ 699,000 ਦਾ ਤੁਹਾਨੂੰ ਮਿਲੂਗਾ ਵਿਦਾਊਟ ਬੇਸਮੈਂਟ। ਜੇ ਬੇਸਮੈਂਟ ਬਣਵਾਓਗੇ ਤਾਂ ਤੁਹਾਨੂੰ ਫਿਰ 729 ਦਾ ਮਿਲੂਗਾ ਇਹ। ਅਤੇ ਪਰ ਇਹ ਘਰ ਵੈਸੇ ਉੱਦਾਂ ਵੱਡਾ ਹੈਗਾ ਕਿਉਂਕਿ ਇਹ ਜਿਹੜੇ ਸਕੇਅਰ ਫੀਟ ਹੈਗੇ ਨੇ ਉਹ ਇਹਨਾਂ ਨੇ ਦੱਸੇ ਹੋਏ ਨੇ 2589 ਸਕੇਅਰ ਫੀਟ ਹੈ। ਅਤੇ ਟੋਟਲ ਇਹਦੇ ਵਿੱਚ 4 ਬੈਡਰੂਮ ਹੈਗੇ ਆ ਅਤੇ 2.5 ਵਾਸ਼ਰੂਮ ਹੈਗੇ ਆ। ਅਤੇ ਵਧੀਆ ਮਤਲਬ ਕਿ ਜਿਹੜੀ ਘਰ ਦੀ ਚੌੜਾਈ ਆ ਉਹ 28 ਫੁੱਟ ਹੈਗੀ ਆ, ਅਤੇ ਬਾਕੀ ਘਰਾਂ ਦੀ ਜਿਵੇਂ 24 ਜਿਹੜੇ ਘਰ 'ਚ ਆਪਾਂ ਜਾ ਕੇ ਆਏ ਉਹਦੀ 24 ਸੀਗੀ। ਸੋ ਜਿਵੇਂ ਜਿਹੜਾ ਆਹ ਵਾਲਾ ਘਰ ਹੈਗਾ ਸੀਗਾ ਜਿਹੜਾ ਕਲਿਪਸੋ ਹੈਗਾ, ਸੋ ਇਹਦਾ ਜਿਹੜਾ ਸਾਈਜ਼ ਹੈਗਾ 1911 ਆ। ਸੋ ਜਿਹੜਾ ਇਹ ਥੋੜ੍ਹਾ ਛੋਟਾ ਉਹਦੇ ਨਾਲੋਂ, ਤਾਂ ਹੀ ਇਹਦਾ ਪ੍ਰਾਈਸ ਵੀ ਘੱਟ ਆ। ਇਹਦੇ ਵਿੱਚ ਨਾਲੇ ਬੈਡਰੂਮ ਵੀ 3 ਹੈਗੇ ਆ, 4 ਨਹੀਂ ਹੈਗੇ ਬੈਡਰੂਮ। ਅਤੇ ਇਹਦੀ ਜਿਹੜੀ ਚੌੜਾਈ ਆ ਵਿੜਥ ਹੈਗੀ ਆ, ਜਿਹੜੀ ਚੌੜਾਈ ਘਰ ਦੀ ਉਹ ਵੀ 24 ਪੋਕਿਟ ਹੈਗੀ ਹੈ, ਮਤਲਬ ਕਿ 24 ਫੁੱਟ ਚੌੜਾ ਹੈਗਾ ਇਹ ਘਰ। ਅਤੇ ਇਸ ਘਰ ਦੇ ਵਿੱਚ ਜਿਹੜੇ ਬੈਡਰੂਮ ਹੈਗੇ ਸੀਗੇ ਬਹੁਤ ਵਧੀਆ ਘਰ ਬਣਾਇਆ ਹੋਇਆ ਸੀਗਾ, ਵੈਸੇ ਮੈਨੂੰ ਬਹੁਤ ਵਧੀਆ ਲੱਗਿਆ, ਅਪਗ੍ਰੇਡਸ ਕਾਫੀ ਇਹਦੇ ਵਿੱਚ ਹੈਗੀਆਂ ਸੀਗੀਆਂ। ਸੋ ਜਿਹੜਾ ਇਸ ਘਰ ਦਾ ਉਹਨਾਂ ਨੇ ਪ੍ਰਾਈਸ
ਵੀ ਜਿਹੜਾ ਦੱਸਿਆ ਸੀਗਾ, ਮੈਨੂੰ ਦੱਸਿਆ ਉਹਨਾਂ ਨੇ ਆਲਮੋਸਟ 600,000 ਦਾ ਇਹ ਘਰ ਹੈਗਾ, ਮਤਲਬ ਕਿ 600,000 ਦਾ ਘਰ ਮਿਲ ਜਾਂਦਾ ਇੱਦਾਂ ਜੇ ਤੁਸੀਂ ਇੱਦਾਂ ਦਾ ਘਰ ਲੈਣਾ ਆ। ਪਰ ਉਹਦੇ ਵਿੱਚ ਅਪਗ੍ਰੇਡਸ ਨਹੀਂ ਹੋਣਗੀਆਂ ਅਤੇ ਬੇਸਮੈਂਟ ਵੀ ਨਹੀਂ ਬਣੀ ਹੋਊਗੀ। ਸੋ ਜਿਹੜਾ ਆਪਾਂ ਹੁਣ ਮਾਡਲ ਦੇਖ ਕੇ ਆਏ ਸੀਗੇ, ਸੋ ਇਹ ਸ਼ੋਅ ਹੋਮ ਸੀਗਾ, ਇਹਦੇ ਵਿੱਚ ਬਹੁਤ ਸਾਰੀਆਂ ਅਪਗ੍ਰੇਡਸ ਆਲਰੇਡੀ ਹੈਗੀਆਂ ਸੀਗੀਆਂ। ਅਤੇ ਇਹਦੇ ਵਿੱਚ ਇਹਨਾਂ ਨੇ ਜ਼ਿਆਦਾਤਰ ਧਿਆਨ ਰੱਖਿਆ ਹੋਇਆ ਸੀਗਾ ਵੀ ਜਿਹੜਾ ਸਟੋਰੇਜ ਬਹੁਤ ਜ਼ਿਆਦਾ ਸੀਗੀ ਇਸ ਘਰ ਦੇ ਵਿੱਚ। ਇਹਨਾਂ ਨੇ ਲਿਵਿੰਗ ਰੂਮ ਤੋਂ ਲੈ ਕੇ ਕਿਚਨ ਦੇ ਵਿੱਚ, ਬਾਕੀ ਉੱਪਰ ਵੀ ਸਾਰੇ ਕਿਤੇ ਜਿਵੇਂ ਲਾਂਡਰੀ ਰੂਮ ਦੇ ਨਾਲ ਸਾਰੇ ਕਿਤੇ ਬਹੁਤ ਜ਼ਿਆਦਾ ਸਟੋਰੇਜ ਸੀਗੀ। ਅਤੇ ਮਤਲਬ ਕਿ ਤੁਸੀਂ ਸਮਾਨ ਆਪਣਾ ਸਟੋਰ ਕਰਨਾ ਆ, ਕਿਚਨ ਕੈਬਨਿਟਸ ਜਿਹੜੀਆਂ ਨੇ ਬਹੁਤ ਜ਼ਿਆਦਾ ਲਾਈਆਂ ਹੋਈਆਂ ਸੀਗੀਆਂ ਤਾਂ ਕਿ ਤੁਸੀਂ ਆਪਣਾ ਸਮਾਨ ਜਿਹੜਾ ਸਟੋਰ ਕਰਨ ਲਈ ਤੁਹਾਨੂੰ ਈਜ਼ੀ ਹੋਵੇ। ਅਤੇ ਜੇ ਤੁਸੀਂ ਕਹਿੰਦੇ ਅਪਗ੍ਰੇਡਸ ਪਾ ਕੇ ਜਿਵੇਂ ਕਿ ਐਜ਼ ਇਟ ਇਜ਼ ਜਿਹੜਾ ਘਰ ਹੈਗਾ ਇਹ, ਅਤੇ ਜਿਵੇਂ ਵੀ ਬਣਿਆ ਹੋਇਆ ਸਾਰਾ ਕੁਝ ਜਿਵੇਂ ਵੀ ਹੈਗਾ ਆ, ਅਤੇ ਉਹਦਾ ਪ੍ਰਾਈਸ ਇਹਨਾਂ ਨੇ ਮੈਨੂੰ ਦੱਸਿਆ ਵਾ ਵੀ 700,000 ਹੋਊਗਾ, ਮਤਲਬ ਕਿ 700,000 ਦਾ ਹੋਊਗਾ। ਉਹਦੇ ਵਿੱਚ ਬੇਸਮੈਂਟ ਵੀ ਬਣੀ ਹੋਊਗੀ, ਸਾਈਡ ਐਂਟਰੈਂਸ ਵੀ ਹੋਊਗੀ ਘਰ ਦੇ ਵਿੱਚ, ਅਤੇ ਬਾਕੀ ਸਾਰੀਆਂ ਅਪਗ੍ਰੇਡਸ ਜਿਵੇਂ ਇਸ ਘਰ ਵਿੱਚ ਹੈਗੀਆਂ ਨੇ ਸੇਮ ਸਾਰੀਆਂ ਅਪਗ੍ਰੇਡਸ ਹੋਣਗੀਆਂ, ਅਤੇ ਇਸੇ ਏਰੀਏ ਦੇ ਵਿੱਚ ਤੁਹਾਨੂੰ ਮਿਲੂਗੀ, ਮਤਲਬ ਜਿਹੜੇ ਏਰੀਏ ਆਪਾਂ ਦੇਖ ਕੇ ਆਏ ਹਾਂ। ਸੋ ਜਿਹੜਾ ਇਹ ਏਰੀਆ ਮੈਂ ਤੁਹਾਨੂੰ ਦਿਖਾਇਆ ਜਿੱਥੇ ਆਪਾਂ ਹੁਣੇ ਜਾ ਕੇ ਆਏ ਹਾਂ, ਸੋ ਇਹ ਏਰੀਏ ਦੀ ਮੈਂ ਇੱਕ ਵੀਡੀਓ ਪਹਿਲਾਂ ਆਲਰੇਡੀ ਬਣਾ ਚੁੱਕਿਆ ਹਾਂ। ਮੈਂ ਸਾਈਕਲਿੰਗ ਕਰਨ ਗਿਆ ਸੀਗਾ ਅਤੇ ਮੈਂ ਉਹਦਾ ਲਿੰਕ ਵੀਡੀਓ ਦਾ ਤੁਹਾਨੂੰ ਦਿਖਾ ਦੂੰਗਾ ਡਿਸਕ੍ਰਿਪਸ਼ਨ ਦੇ ਵਿੱਚ, ਤੁਸੀਂ ਉਹ ਚੈੱਕਆਊਟ ਕਰ ਲਿਓ। ਤੁਹਾਨੂੰ ਲੱਗ ਜੂਗਾ ਪਤਾ ਕਿ ਆਸੇ ਪਾਸੇ ਦਾ ਏਰੀਆ ਇਹ ਕਿੱਦਾਂ ਦਾ ਹੈਗਾ ਵਾ, ਵੀ ਕਿੱਦਾਂ ਦਾ ਨੇਬਰਹੁੱਡ ਹੈਗਾ ਇਹ, ਅਤੇ ਮੈਂ ਸਾਰਾ ਦਿਖਾਇਆ ਉਹਦੇ ਵਿੱਚ ਵੀ ਕਿੱਦਾਂ ਕਿੱਦਾਂ ਦੇ ਘਰ ਹੈਗੇ ਨੇ, ਕੰਸਟਰਕਸ਼ਨ ਕਿੱਥੇ ਕਿੱਥੇ ਹੋ ਰਹੀ ਹੈ, ਇਹਦੇ ਆਸੇ ਪਾਸੇ ਮੈਂ ਸਾਰਾ ਦਿਖਾਇਆ ਵੀ ਕਿੱਦਾਂ ਪੌਂਡ ਹੈਗੇ ਨੇ ਇੱਥੇ, ਗ੍ਰੀਨ ਸਪੇਸ ਕਿੰਨੀ ਕੁ ਹੈਗੀ ਆ, ਬਾਕੀ ਹੋਰ ਘਰਾਂ ਦਾ ਦਿਖਾਇਆ ਵੀ ਆਸੇ ਪਾਸੇ ਕਿੱਦਾਂ ਦੇ ਘਰ ਹੈਗੇ ਨੇ ਇਸ ਏਰੀਏ ਦੇ ਵਿੱਚ। ਅਤੇ ਬਾਕੀ ਜਿਹੜਾ ਇਹ ਘਰ ਹੈਗਾ ਆ ਤੁਹਾਨੂੰ ਮੈਂ ਦੱਸਦਾ ਹੁਣ ਕਿ ਇਹ 700,000 ਦਾ ਜੇ ਤੁਸੀਂ ਸ਼ੋਅ ਹੋਮ ਦੇ ਸੇਮ ਇੱਦਾਂ ਦਾ ਲੈਣਾ ਆ, ਅਤੇ ਜੇ ਤੁਸੀਂ ਅਪਗ੍ਰੇਡਸ ਨਹੀਂ ਪਵਾਉਣੀਆਂ ਹੈਗੀਆਂ ਤਾਂ ਤੁਹਾਨੂੰ 600,000 ਦਾ ਇਹ ਪ੍ਰਾਈਸ ਇਸ ਬਿਲਡਰ ਪੇ ਸੈਟਰ ਬਿਲਡਰ ਦੇ ਨਾਲ ਤੁਹਾਨੂੰ ਮਿਲ ਜਾਊਗਾ। ਅਤੇ ਜਿਹੜੇ ਇਸ ਘਰ ਦੇ ਵਿੱਚ ਜਿਹੜੇ ਬੈਡਰੂਮ ਹੈਗੇ ਨੇ ਤੁਸੀਂ ਦੇਖ ਲਏ ਆ ਆਲਰੇਡੀ, ਸੋ ਬੈਡਰੂਮ ਜਿਹੜੇ ਉੱਪਰ ਇਹਨਾਂ ਨੇ ਬਣਾਏ ਹੋਏ ਸੀਗੇ, ਦੋ ਜਿਹੜੇ ਛੋਟੇ ਬੈਡਰੂਮ ਸੀਗੇ, ਮੈਨੂੰ ਸਾਈਜ਼ ਕਾਫੀ ਵੈਸੇ ਛੋਟਾ ਲੱਗਿਆ ਇਹਨਾਂ ਬੈਡਰੂਮਸ ਦਾ, ਥੋੜ੍ਹਾ ਜਿਹਾ ਵੱਡਾ ਹੋਣਾ ਚਾਹੀਦਾ ਆ, ਪਰ ਜੇ 1866 ਦੇ ਹਿਸਾਬ ਨਾਲ ਦੇਖਦੇ ਹਾਂ ਤਾਂ ਸਾਈਜ਼ ਠੀਕ ਆ। ਜੇ ਤੁਸੀਂ ਤੁਹਾਨੂੰ ਠੀਕ ਹੈਗਾ ਤਾਂ ਠੀਕ ਆ, ਕਿਉਂਕਿ ਜੇ ਮੈਂ ਜੇ ਪ੍ਰੈਫਰ ਕਰਾਂ ਥੋੜ੍ਹਾ ਮੈਨੂੰ ਵੱਡਾ ਸਾਈਜ਼ ਚਾਹੀਦਾ ਹੁੰਦਾ ਰੂਮ ਦਾ, ਅਤੇ ਜਿਹੜਾ ਮਾਸਟਰ ਬੈਡਰੂਮ ਸੀਗਾ ਉਹ ਮੈਨੂੰ ਠੀਕ ਲੱਗਿਆ। ਅਤੇ ਬਾਕੀ ਤੁਸੀਂ ਇੱਕ ਚੀਜ਼ ਹੋਰ ਧਿਆਨ ਰੱਖਣੀ ਹੁੰਦੀ ਹੈ ਘਰ ਜਦੋਂ ਤੁਸੀਂ ਨਵਾਂ ਬਾਏ ਕਰਨਾ ਆ, ਤੁਸੀਂ ਘਰ ਜਿਹੜੀ ਸੀਲਿੰਗ ਹੁੰਦੀ ਆ, ਸੋ ਕਿਉਂਕਿ ਮੇਨ ਫਲੋਰ ਦੀ ਉਹ 9 ਫੀਟ ਦੀ ਲਾ ਕੇ ਦਿੰਦੇ ਆ, ਜਿਹੜੀ ਅਪਰ ਫਲੋਰ ਦੀ ਹੁੰਦੀ ਆ ਜਿਹੜੇ ਉੱਪਰ ਆਪਾਂ ਜਾਂਦੇ ਜਦੋਂ, ਅਤੇ ਉਹਦੇ ਵਿੱਚ ਰੂਮਸ ਵਿੱਚ ਜਿਹੜੀ ਸੀਲਿੰਗ ਹੁੰਦੀ ਆ ਉਹ 8 ਫੁੱਟ ਦੀ ਲਾ ਕੇ ਦਿੰਦੇ ਆ। ਸੋ ਮੈਂ ਪ੍ਰੈਫਰ ਇਹ ਕਰਦਾ ਹੁੰਦਾ ਕਿ ਆਪਾਂ ਨੂੰ 9 ਫੁੱਟ ਦੀ ਸੀਲਿੰਗ ਹੀ ਮਿਲੇ, ਕਿਉਂਕਿ 9 ਫੁੱਟ ਦੇ ਨਾਲ ਇਹ ਹੁੰਦਾ ਹੈ ਕਿ ਤੁਹਾਨੂੰ ਜਿਹੜਾ ਥੋੜ੍ਹੀ ਸਪੇਸ ਜ਼ਿਆਦਾ ਲੱਗਣ ਲੱਗ ਜਾਂਦੀ ਹੈ ਘਰ ਦੇ ਵਿੱਚ, ਥੋੜ੍ਹਾ ਜ਼ਿਆਦਾ ਖੁੱਲ੍ਹਾ ਲੱਗਦਾ ਘਰ। ਅਤੇ ਵੈਸੇ ਸਟੈਂਡਰਡ ਜਿਹੜੀ ਆ ਉਹ 8 ਫੁੱਟ ਦੀ ਹੀ ਆਉਂਦੀ ਆ, ਅਤੇ ਬਾਕੀ ਜੇ ਤੁਸੀਂ ਚੇਂਜ ਕਰਾਉਂਦੇ ਹੋ ਤੁਹਾਨੂੰ ਉਹਦਾ ਥੋੜ੍ਹਾ ਜਿਹਾ ਐਕਸਟਰਾ ਚਾਰਜ ਤਾਂ ਪੇ ਕਰਨਾ ਓਬਵੀਅਸਲੀ ਪਊਗਾ ਹੀ, ਪਰ ਜੇ ਆਪਾਂ 9 ਫੁੱਟ ਕਰਾ ਲੈਂਦੇ ਹਾਂ ਤਾਂ ਮੈਨੂੰ ਲੱਗਦਾ ਵੀ ਆਪਾਂ ਨੂੰ ਵਧੀਆ ਹੁੰਦਾ ਵੀ ਘਰ ਦੇ ਵਿੱਚ ਸਪੇਸ ਖੁੱਲ੍ਹ ਜਾਂਦੀ ਆ। ਅਤੇ 2 ਬੈਡਰੂਮ ਜਿਹੜੇ ਸੀਗੇ ਮਤਲਬ ਕਿ ਉੱਪਰ ਸੀਗੇ, ਇੱਕ ਬੋਨਸ ਰੂਮ ਹੈਗਾ ਸੀਗਾ ਅਤੇ ਨਾਲ ਜਿਹੜਾ ਇੱਕ ਮਾਸਟਰ ਬੈਡਰੂਮ, ਸੋ ਟੋਟਲ ਸਾਰੇ ਬੈਡਰੂਮ ਉੱਪਰ ਹੀ ਸੀਗੇ ਅਤੇ ਥੱਲੇ ਕੋਈ ਵੀ ਬੈਡਰੂਮ ਨਹੀਂ ਹੈਗਾ ਸੀਗਾ। ਮਤਲਬ ਕਿ ਕਈ ਵਾਰੀ ਇੱਦਾਂ ਹੁੰਦਾ ਵੀ ਜਿਹੜੇ ਕਈ ਘਰ ਹੁੰਦੇ ਨੇ ਉਹਨਾਂ ਵਿੱਚ ਉਹਨਾਂ ਨੇ ਥੱਲੇ ਵੀ ਇੱਕ ਰੂਮ ਬਣਾਇਆ ਹੁੰਦਾ ਵਾ, ਵੀ ਤਾਂ ਕਿ ਜਿਹੜੇ ਜਿਨ੍ਹਾਂ ਦੇ ਘਰ ਦੇ ਵਿੱਚ ਪੇਰੈਂਟਸ ਥੋੜ੍ਹੇ ਓਲਡ ਹੁੰਦੇ ਨੇ ਉਹਨਾਂ ਤੋਂ ਪੌੜੀਆਂ ਨਹੀਂ ਚੜ੍ਹਦੀਆਂ, ਸੋ ਕਈ ਘਰਾਂ ਦੇ ਵਿੱਚ ਥੱਲੇ ਵੀ ਇੱਕ ਬੈਡਰੂਮ ਬਣ ਜਾਂਦਾ ਆ ਅਤੇ ਨਾਲ ਫੁੱਲ ਵਾਸ਼ਰੂਮ ਵੀ ਹੁੰਦਾ, ਪਰ ਇਸ ਘਰ ਦੇ ਵਿੱਚ ਥੱਲੇ ਫੁੱਲ ਵਾਸ਼ਰੂਮ ਨਹੀਂ ਹੈਗਾ ਸੀਗਾ, ਸਿਰਫ ਛੋਟਾ ਵਾਸ਼ਰੂਮ ਜਿਹੜਾ ਆਪਾਂ ਮਤਲਬ ਕਿ ਬਾਥਟੱਬ ਵਗੈਰਾ ਨਹਾਉਣ ਵਾਸਤੇ ਨਹੀਂ ਸੀਗਾ, ਸਿਰਫ ਇਕੱਲਾ ਟੋਇਲਟ ਹੀ ਸੀਗੀ ਅਤੇ ਨਾਲੇ ਨੀਚੇ ਕੋਈ ਰੂਮ ਵੀ ਨਹੀਂ ਹੈਗਾ ਸੀਗਾ। ਸੋ ਇਹੀ ਚੀਜ਼ਾਂ ਸੀਗੀਆਂ, ਪਰ ਸਾਈਜ਼ ਦੇ ਅਕੋਰਡਿੰਗ 1866 ਸੀਗਾ। ਅਤੇ ਬਾਕੀ ਆਪਾਂ ਬੋਮਾਊਂਟ ਦੇ ਵਿੱਚ, ਮੈਂ ਘਰ ਜਿਹੜਾ ਤੁਹਾਨੂੰ ਦੱਸਿਆ ਸੀਗਾ ਬੋਮਾਊਂਟ 'ਚ ਦੇਖ ਕੇ ਆਇਆ ਸੀਗਾ, ਸੋ ਆਪਾਂ ਨੂੰ ਇਹੀ ਪ੍ਰਾਈਸ ਦੇ ਵਿੱਚ ਬੋਮਾਊਂਟ ਦੇ ਵਿੱਚ ਘਰ ਮਿਲ ਰਿਹਾ ਸੀਗਾ, ਫਿਰ ਇਹਨਾਂ ਨੂੰ ਕਾਫੀ ਵੱਡਾ ਵੀ ਸੀਗਾ ਉਹ, ਅਤੇ ਨਾਲੇ ਥੱਲੇ ਰੂਮ ਵੀ ਸੀਗਾ, ਫੁੱਲ ਵਾਸ਼ਰੂਮ ਵੀ ਸੀਗਾ ਥੱਲੇ,
ਅਤੇ ਜੇ ਤੁਸੀਂ ਉਹ ਮਾੜੀ ਵੀਡੀਓ ਨਹੀਂ ਜਾ ਕੇ ਚੈੱਕਆਊਟ ਕੀਤੀ ਹੈਗੀ, ਤੁਸੀਂ ਉਹ ਵੀ ਦੇਖ ਸਕਦੇ ਹੋ। ਅਤੇ ਉਹ ਵੀ ਐਡਮਿੰਟਨ ਤੋਂ ਬਾਹਲੀ ਦੂਰ ਤਾਂ ਹੈ ਨਹੀਂ ਗਾ, 10 ਕਿਲੋਮੀਟਰ ਦੂਰ ਹੀ ਆ, ਪਰ ਗੱਲ ਇਹ ਆ ਵੀ ਉੱਥੇ ਥੋੜ੍ਹਾ ਜਿਹਾ ਪ੍ਰਾਈਸ ਦਾ ਡਿਫਰੈਂਸ ਮੈਨੂੰ ਲੱਗਿਆ ਥੋੜ੍ਹਾ ਜਿਹਾ ਹੈਗਾ ਆ, ਐਡਮਿੰਟਨ 'ਚ ਥੋੜ੍ਹਾ ਜਿਹਾ ਪ੍ਰਾਈਸ ਥੋੜ੍ਹਾ ਜਿਹਾ ਜ਼ਿਆਦਾ ਹੈਗਾ। ਅਤੇ ਜੇ ਬਾਕੀ ਤੁਹਾਨੂੰ ਮੇਰੀ ਇਹ ਵਾਲੀ ਵੀਡੀਓ ਇਨਫੋਰਮੇਟਿਵ ਲੱਗੀ ਆ ਅਤੇ ਤੁਹਾਨੂੰ ਵਧੀਆ ਲੱਗਿਆ ਆ, ਤੁਸੀਂ ਤੁਹਾਡੇ ਵਾਸਤੇ ਵਧੀਆ ਇਨਫੋਰਮੇਸ਼ਨ ਆਈ ਆ, ਤੁਹਾਨੂੰ ਦੇਖ ਕੇ ਵੀਡੀਓ ਤੁਹਾਨੂੰ ਲੱਗਿਆ ਵੀ ਕੰਟੈਂਟ ਮੇਰਾ ਵਧੀਆ ਵਾ, ਅਤੇ ਇੱਦਾਂ ਦੀਆਂ ਵੀਡੀਓਜ਼ ਹੋਰ ਵੀ ਬਹੁਤ ਸਾਰੀਆਂ ਐਡਮਿੰਟਨ ਬਾਰੇ, ਐਡਮਿੰਟਨ ਦੇ ਵਿੱਚ ਫੂਡ ਕਿੱਦਾਂ ਦਾ ਮਿਲਦਾ ਆ, ਕਿੱਥੋਂ ਆਪਾਂ ਲਿਖਦੇ ਹਾਂ, ਪੰਜਾਬੀ ਮਾਰਕੀਟ ਕਿੱਥੇ ਹੈਗੀ ਆ, ਸੋ ਸਾਰੀਆਂ ਇਹ ਵੀਡੀਓਜ਼ ਮੈਂ ਆਪਣੇ ਚੈਨਲ ਦੇ ਉੱਤੇ ਆਲਰੇਡੀ ਬਣਾ ਚੁੱਕਿਆ ਹਾਂ। ਜੇ ਤੁਸੀਂ ਮੇਰੇ ਚੈਨਲ 'ਤੇ ਨਵੇਂ ਹੋ ਤਾਂ ਤੁਸੀਂ ਮੇਰੇ ਚੈਨਲ ਨੂੰ ਸਪੋਰਟ ਕਰਨ ਵਾਸਤੇ ਲਾਈਕ, ਸ਼ੇਅਰ ਅਤੇ ਸਬਸਕ੍ਰਾਈਬ ਜ਼ਰੂਰ ਕਰ ਦਿਓ, ਅਤੇ ਤੁਸੀਂ ਮੇਰੀ ਵੀਡੀਓਜ਼ ਵੀ ਚੈੱਕਆਊਟ ਕਰ ਸਕਦੇ ਹੋ। ਤੁਹਾਨੂੰ ਕੋਈ ਵੀ ਕੁਐਸਚਨ ਹੈਗਾ ਮੇਰੀ ਵੀਡੀਓਜ਼ ਬਾਰੇ ਜਾਂ ਤੁਹਾਨੂੰ ਕਿਸੇ ਵੀ ਚੀਜ਼ ਬਾਰੇ ਕੋਈ ਵੀ ਕੁਐਸਚਨ ਹੈਗਾ ਤਾਂ ਤੁਸੀਂ ਮੈਨੂੰ ਮੇਰੇ ਇੰਸਟਾਗ੍ਰਾਮ ਦੇ ਚੈਨਲ ਨੂੰ ਫੋਲੋ ਕਰ ਸਕਦੇ ਹੋ ਅਤੇ ਉਹਦੇ 'ਤੇ ਤੁਸੀਂ ਮੈਨੂੰ ਟੈਕਸਟ ਮੈਸੇਜ ਕਰ ਸਕਦੇ ਹੋ ਅਤੇ ਫਿਰ ਮੈਂ ਤੁਹਾਨੂੰ ਉਹਦਾ ਆਨਸਰ ਜ਼ਰੂਰ ਕਰੂੰਗਾ। ਚਲੋ ਫਿਰ ਆਪਾਂ ਮਿਲਦੇ ਹਾਂ ਨੈਕਸਟ ਵੀਡੀਓ ਦੇ ਵਿੱਚ, ਉਦੋਂ ਤੱਕ ਲਈ ਬਾਏ ਬਾਏ।